ਕਲਾਸਿਕਲ ਦੀ ਜਸ ਪੰਜਾਬੀ ਦੇਖ ਰਹੇ ਸਰ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪੰਜਾਬ ਬੋਲ ਦਾ ਦੋਸਤੋ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਤੇ ਇਸ ਬਿਗਲ ਵੱਜਣ ਦੀ ਨਾਲ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ ਹੈ ਪਰ ਇਹਨਾਂ ਇਲਜ਼ਾਮ ਤਰਾਸ਼ੀਆਂ ਦੇ ਵਿੱਚ ਕੀ ਲੋਕ ਮੁੱਦਿਆਂ ਦੀ ਗੱਲ ਹੋ ਰਹੀ ਹੈ ਕਿ ਆਵਾਮ ਦੇ ਜਿਹੜੇ ਮੁੱਦੇ ਨੇ ਉਹ ਹੱਲ ਕਰਨ ਦੀ ਗੱਲ ਹੋ ਰਹੀ ਹੈ ਇਹੀ ਮੁੱਦਾ ਲੈ ਕੇ ਅੱਜ ਅਸੀਂ ਪੰਜਾਬ ਦੀ ਆਵਾਮ ਦੇ ਕੋਲ ਤਾਂ ਆਏ ਆ ਤੇ ਜਾਣਦੇ ਆ ਕਿ ਪੰਜਾਬ ਦੀ ਆਵਾਮ ਇਹਨਾਂ ਮੁੱਦਿਆਂ ਨੂੰ ਲੈ ਕੇ ਕੀ ਬੋਲਦੀ ਹੈ ਜੋ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ ਗੱਲਾਂ ਹੋਣੀਆਂ ਚਾਹੀਦੀਆਂ ਸੀ ਉਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਹੋ ਰਹੀ ਹੈ ਚਲਦੇ ਆਂ ਪੰਜਾਬ ਦੀ ਆਵਾਮ ਦੇ ਕੋਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਗੁਰਪ੍ਰੀਤ ਸਿੰਘ ਜੀ ਅੱਛਾ ਗੁਰਪ੍ਰੀਤ ਹੁਣ ਲੋਕ ਸਭਾ ਚੋਣਾਂ ਆ ਗਈਆਂ ਨੇ ਕੀ ਲੱਗ ਰਿਹਾ ਕਿ ਸਿਆਸੀ ਪਾਰਟੀਆਂ ਦੇ ਵੱਲੋਂ ਜਿਹੜੇ ਲੋਕਾਂ ਦੇ ਮੁੱਦੇ ਨੇ ਉਹ ਉਠਾਈ ਜਾ ਰਹੇ ਨੇ ਉਠਾਏ ਤਾਂ ਜਾਂਦੇ ਜੀ ਇਲੈਕਸ਼ਨਾਂ ਤੇ ਆ ਕੇ ਜਦੋਂ ਟਾਈਮ ਆ ਜਾਂਦਾ ਇਹ ਉਠਾ ਦਿੰਦੇ ਆ ਪਰ ਬਾਦੀ ਪੂਰੇ ਨਹੀਂ ਕੀਤੇ ਜਾਂਦੇ ਜੀ ਕੋਈ ਵੀ ਵਾਦਾ ਨਹੀਂ ਪੂਰਾ ਹੋਇਆ ਜੀ ਅੱਛਾ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਕਰ ਰਹੀਆਂ ਨੇ ਕਿ ਉਹ ਜਿਹੜੀ ਹੈ ਸਿਆਸੀ ਪਾਰਟੀ ਹੈ ਉਹ ਲੋਕ ਹਤੈਸ਼ੀ ਨਹੀਂ ਅਸੀਂ ਲੋਕ ਹਤੈਸ਼ੀ ਆ ਤੁਹਾਨੂੰ ਲੱਗ ਰਿਹਾ ਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਆਮ ਲੋਕਾਂ ਦੇ ਮੁੱਦੇ ਚੱਕ ਰਹੀਆਂ ਨੇ ਨਹੀਂ ਜੀ ਕੋਈ ਮੁੱਦੇ ਨਹੀਂ ਚੱਕ ਰਹੀਆਂ ਜੀ ਇਹ ਤਾਂ ਬਸ ਆਪਸ ਵਿੱਚ ਚੱਲੀ ਜਾਂਦਾ ਜੀ ਇਹਨਾਂ ਦਾ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਇੱਕ ਦੂਜੇ ਦੇ ਇਲਜ਼ਾਮ ਲਾਉਣ ਰਿਹਾ ਬਸ ਲਾਈ ਜਾਂਦੇ ਆ ਜੀ ਕੁਝ ਨਹੀਂ ਹੋ ਰਿਹਾ ਜੀ ਅੱਛਾ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕਿਹਨਾ ਕਿਹਨਾ ਮੁੱਦਿਆਂ ਨੂੰ ਲੈ ਕੇ ਵੋਟ ਦੇਵੋਗੇ ਵੋਟ ਜੀ ਪਾਰਟੀ ਨਾਲ ਤਾਂ ਜੀ ਅਸੀਂ ਤਕਰੀਬਨ ਜਿੱਥੇ ਖੜੇ ਆ ਜੀ ਸਾਡੇ ਕੰਮ ਬਹੁਤ ਜ਼ਿਆਦਾ ਹੋਇਆ ਬਠਿੰਡੇ ਹਲਕੇ ਨੂੰ ਬਲੋਂਗ ਕਰਦੇ ਆ ਜੀ ਅਸੀਂ ਅਸੀਂ ਤਾਂ ਹਰਸੇਮਰਤ ਜੀ ਨੂੰ ਵੋਟ ਦੇਵਾਂਗੇ ਜੀ ਹਰਸੇਮਰਤ ਕੌਰ ਬਾਦਲ ਜੀ ਨੂੰ ਜੀ अच्छा और केड़े-केड़े मुद्दे ਨੇ ਪੰਜਾਬ ਦੇ ਵਿੱਚ ਜਿਹੜੇ ਹੱਲ ਨਹੀਂ ਹੋਏ ਹਾਲਾਂਕਿ ਬਹੁਤ ਸਾਰੇ ਮੁੱਦੇ ਨੇ ਕਿਸਾਨ ਖੁਦਕੁਸ਼ੀਆਂ ਇੱਕ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ ਤੁਹਾਡੇ ਅਨੁਸਾਰ ਕਿਹੜੇ-ਕਿਹੜੇ ਮੁੱਦੇ ਪੰਜਾਬ ਦੇ ਵਿੱਚ ਅਜੇ ਵੀ ਅਣਸੁਲਝੇ ਨੇ ਮੁੱਦਾ ਤਾਂ ਸਭ ਤੋਂ ਵੱਡਾ ਜਿਹੜਾ ਜੀ ਆਪਣਾ ਨਸ਼ੇ ਦਾ ਨਸ਼ਾ ਸਭ ਤੋਂ ਜ਼ਿਆਦਾ ਵੱਧ ਚੁੱਕਿਆ ਜੀ ਮਰ ਚਲੋ ਜੋ ਸ਼ਰਾਬ ਆਏ ਤਾਂ ਚਲਦੀ ਸੀ ਹੁਣ ਜੋ ਚਿੱਟੇ ਦਾ ਚੱਲ ਪਈਏ ਬਹੁਤ ਜ਼ਿਆਦਾ ਬੱਚਿਆਂ ਦਾ ਹਰੇਕ ਨੂੰ ਖਤਰਾ ਜੀ ਪੁਆਖ ਕੀ ਹੋ ਰਿਹਾ ਅੱਛਾ ਤੁਸੀਂ ਬਠਿੰਡੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਬਠਿੰਡਾ ਏਰੀਆ ਦੇ ਵਿੱਚ ਨਸ਼ਾ ਚੱਲਦਾ ਹੈ ਤਕਰੀਬਨ ਚੱਲਦਾ ਤਾਂ ਸਾਰਾ ਹੀ ਆ ਜੀ ਘੱਟ ਕਹਿ ਸਕਦੇ ਜੀ ਫਿਰ ਵੀ ਏਰੀਆ ਦਾ ਫਰਕ ਆ ਜੀ ਲਾ ਲਓ ਕੈਪਟਨ ਸਾਹਿਬ ਵੀ ਸਾਡੇ ਏਰੀਏ ਦੇ ਹੀ ਆ ਜੀ ਮਹਾਰਾਜਪਿੰਡ ਨੂੰ ਬਿਲੋਂਗ ਕਰਦੇ ਆ ਸਾਡੇ ਤਾਂ ਦੋਨੇ ਮੁੱਖ ਮੰਤਰੀ ਜਦੋਂ ਆਉਂਦੇ ਆ ਜੀ ਬਾਦਲ ਸਾਹਿਬ ਆਉਂਦੇ ਆ ਤਾਂ ਵੀ ਸਾਡੇ ਏਰੀਏ ਤੇ ਆਏ ਵੀ ਹੱਤਾਂ ਵੀ ਬਾਦਲ ਸਾਹਿਬ ਆਉਂਦੇ ਆ ਤੇ ਅਮਰਿੰਦਰ ਸਿੰਘ ਆਉਂਦੇ ਆ ਤਾਂ ਵੀ ਜੀ ਪਰ ਅਸੀਂ ਤਾਂ ਅਕਾਲੀ ਦਲ ਨੂੰ ਜ਼ਿਆਦਾ ਪਹਿਲ ਦਿੰਦੇ ਜਦੋਂ ਸਹੀ ਅਕਾਲੀ ਦਲ ਨਾਲ ਆ ਜੀ ਅੱਛਾ ਜਦੋਂ ਸਿਆਸੀ ਪਾਰਟੀਆਂ ਤੁਹਾਡੇ ਦਰ ਦੇ ਉੱਤੇ ਵੋਟ ਮੰਗਣ ਦੇ ਲਈ ਆਉਣਗੀਆਂ ਲੋਕ ਸਭਾ ਚੋਣਾਂ ਦੇ ਲਈ ਤਾਂ ਕਿਹੜੇ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਨਸੇ ਦੀ ਮੇਨ ਮੁੱਦਾ ਜੀ ਵੱਡਾ ਸਾਡੇ ਵਿਕਾਸ ਤਾਂ ਇੰਨਾ ਜ਼ਿਆਦਾ ਹੋਇਆ ਜੀ ਮੰਨ ਲਓ ਵੀ ਬਹੁਤ ਜ਼ਿਆਦਾ ਵਿਕਾਸ ਹੋਇਆ ਸਾਡੇ ਬਠਿੰਡੇ ਦਾ ਬਹੁਤ ਤਰੱਕੀ ਕਰੀ ਆ ਕਰੀ ਵੀ ਇਹਨਾਂ ਦੇ ਮੰਨ ਲਓ ਵੀ ਬਾਦਲ ਪਰਿਵਾਰ ਨਾਲੇ ਇਹਨਾਂ ਨੇ ਸਾਡੇ ਬਹੁਤ ਕੁਝ ਲਿਆਂਦਾਗਾ ਏਮ ਜਾ ਗਿਆ ਜੀ ਸਾਡੇ ਹਸਪਤਾਲ ਤੇ ਸੜਕਾਂ ਵਗੈਰਾ ਬਹੁਤ ਵਧੀਆ ਬਣ ਚੁੱਕੀਆਂ ਨੇ ਬਸ ਨਸੇ ਦੀ ਹੈ ਜੀ ਨਸੇ ਦਾ ਮੇਨ ਰੱਖਾਂਗੇ ਜੀ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਜੀ ਜੀ ਪ੍ਰੀਤ ਸਿੰਘ ਜੀ ਅੱਛਾ ਜਗਦੀਪ ਜੀ ਕੀ ਲੱਗ ਰਿਹਾ ਹੈ ਕਿ ਲੋਕ ਸਭਾ ਚੋਣਾਂ ਸਿਰ ਤੇ ਆ ਗਈਆਂ ਨੇ ਤੇ ਹੁਣ ਸਿਆਸੀ ਪਾਰਟੀਆਂ ਦੇ ਵੱਲੋਂ ਲੋਕਾਂ ਦੇ ਨਾਲ ਵਾਅਦੇ ਵੀ ਕਰਨ ਦੀ ਗੱਲ ਕੀਤੀ ਜਾਵੇਗੀ ਕਿਹੜੇ ਕਿਹੜੇ ਮੁੱਦੇ ਪੰਜਾਬ ਦੇ ਵਿੱਚ ਅਜੇ ਵੀ ਅਣਸੁਲਝੇ ਨੇ ਵੀਰ ਜੀ ਗੱਲ ਇਹ ਆ ਵੀ ਪੰਜਾਬ ਦੇ ਜਿਹੜੇ ਮੁੱਦੇ ਕੁਝ ਬਹੁਤ ਵੱਡੇ ਮੁੱਦੇ ਆ ਜਿਹੜੇ ਬਰਿਆਂ ਤੋਂ ਲਟਕ ਰਹੇ ਨੇ ਕੁਝ ਨਵੇਂ ਨੇ ਪਰ ਹੱਲ ਅਜੇ ਤੱਕ ਕਿਸੇ ਦਾ ਵੀ ਨਹੀਂ ਹੋਇਆ ਆਪਾਂ ਚੰਡੀਗੜ੍ਹ ਦੇ ਵਿੱਚ ਬੈਠੇ ਆ ਆਪਣੀ ਰਾਜਧਾਨੀ ਦਾ ਹੀ ਲੈ ਲੋ ਇਹਨਾਂ ਨੂੰ ਸਿਆਸੀ ਪਾਰਟੀਆਂ ਨੇ ਵੋਟਾਂ ਦੇ ਵਿੱਚ ਵਰਤਣ ਵਾਲਾ ਇੱਕ ਮੁੱਦਾ ਬਣਾ ਲਿਆ ਆਪਣੇ ਜਨਮ ਤੋਂ ਵੀ ਪਹਿਲਾਂ ਦਾ ਲਾਮਕ ਰਿਹਾ ਮੈਨੂੰ ਨਹੀਂ ਲੱਗਦਾ ਵੀ ਕਦੇ ਇਹ ਹੱਲ ਹੋਊਗਾ ਜਾਂ ਕੋਈ ਦਿਲੋਂ ਕੋਈ ਵੀ ਲੀਡਰ ਮੈਨੂੰ ਲੱਗ ਨਹੀਂ ਰਿਹਾ ਵੀ ਕੋਈ ਕੋਸ਼ਿਸ਼ ਬਾਦਲ ਸਾਹਿਬ ਇੰਨਾ ਟਾਈਮ ਮੁੱਖ ਮੰਤਰੀ ਰਹੇਗੇ ਵੀ ਜੇ ਉਹ ਦਿਲੋਂ ਕੋਸ਼ਿਸ਼ ਕਰਦੇ ਹੋ ਸਕਦਾ ਵੀ ਅੱਜ ਤੱਕ ਹੱਲ ਮੈਨੂੰ ਨਹੀਂ ਲੱਗਿਆ ਵੀ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਇਹੀ ਹੈ ਅੱਛਾ ਜਦੋਂ ਹੁਣ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਡੇ ਦਰ ਦੇ ਉੱਤੇ ਲੋਕ ਨੁਮਾਇੰਦੇ ਕਹਾਉਣ ਵਾਲੇ ਇਹ ਸਿਆਸੀ ਆਗੂ ਆਉਣਗੇ ਇਹ ਮੁੱਦਾ ਰੱਖੋਗੇ ਹਾਂਜੀ ਜੇ ਮੈਨੂੰ ਕੋਈ ਵੀ ਮੰਨ ਲਓ ਫਰਜ਼ ਕਰੋ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਾਦਲ ਸਾਹਿਬ ਜਾਂ ਮਿਲਣ ਮੈਂ ਸਭ ਤੋਂ ਪਹਿਲਾ ਮੁੱਦਾ ਇਹੀ ਰੱਖਾਂਗਾ ਵੀ ਇੰਨੇ ਵਰਿਆਂ ਤੋਂ ਕਿਉਂ ਲਟਕ ਰਿਹਾ ਸਾਡੀ ਐਡੀ ਵੱਡੀ ਜਿਹੜਾ ਮੁੱਦਾ ਆਪਣੇ ਬਹੁਤ ਵੱਡਾ ਘਾਟਾ ਹੈ ਪੰਜਾਬ ਨੂੰ ਵੀ ਪੰਜਾਬ ਦੇ ਪਿੰਡ ਓਜਾੜ ਕੇ ਐਡਾ ਵੱਡਾ ਆਪਣੀ ਇਹ ਕੈਪੀਟਲ ਬਣੀ ਸੀ ਤੇ ਆਪ ਨੂੰ ਅੱਜ ਤੱਕ ਮਿਲੀ ਨਹੀਂ ਤੇ ਕਿਉਂ ਨਹੀਂ ਮਿਲੀ ਕੀ ਇਹਦੇ ਵਾਸਤੇ ਕੋਸ਼ਿਸ਼ਾਂ ਉਹਨਾਂ ਨੇ ਕੀਤੀਆਂ ਮੈਂ ਪੁੱਛਾਂਗਾ ਉਹਨਾਂ ਨੂੰ ਅੱਛਾ ਤੁਹਾਡੇ ਮੁਤਾਬਿਕ ਹੋਰ ਕਿਹੜੇ-ਕਿਹੜੇ ਮੁੱਦੇ ਜਿਹੜੇ ਪੰਜਾਬ ਦੇ ਅਜੇ ਵੀ ਅਣਸੁਲਝੇ ਨੇ ਜਿਹੜੇ ਸੁਲਝਣੇ ਚਾਹੀਦੇ ਨੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਦੇ ਜੀ ਇੱਕ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਬੇਰੋਜ਼ਗਾਰੀ ਦਾ ਬਹੁਤ ਵੱਡਾ ਮੁੱਦਾ ਹੈ ਤੇ ਨਸ਼ਿਆਂ ਦਾ ਤੇ ਇਹੀ ਮੇਨ ਜਿਆਦਾ ਅਨਪੜਤਾ ਸਿੱਖਿਆ ਦੇ ਵਿੱਚ ਬਹੁਤ ਪਛੜ ਚੁੱਕਿਆ ਆਪਣਾ ਜਿਹੜਾ ਨੰਬਰ ਇੱਕ ਸੂਬਾ ਸੀਗਾ ਤੇ ਬਹੁਤ ਪਿੱਛੇ ਜਾ ਚੁੱਕਿਆ ਹੈ ਖੇਤੀ ਦੇ ਵਿੱਚ ਵੀ ਤੇ ਸਿੱਖਿਆ ਦੇ ਵਿੱਚ ਵੀ ਖੇਤੀ ਦੇ ਵਿੱਚ ਆਪਾਂ ਸਾਰੇ ਇੰਡੀਆ ਤੋਂ ਪਹਿਲੇ ਨੰਬਰ ਤੇ ਸੀ ਪੰਜਾਬ ਤੇ ਹੁਣ ਦੂਸਰੇ ਸੂਬੇ ਜਿਹੜੇ ਕਿਤੇ ਕਿਤੇ ਪਿੱਛੇ ਸੀ ਆਪਣੇ ਨੂੰ ਬਹੁਤ ਅੱਗੇ ਨਿਕਲ ਚੁੱਕਿਆ ਕਿਸਾਨੀ ਦਾ ਬਹੁਤ ਮੰਦੀ ਹਾਲਤ ਹੈ ਇਹ ਮੁੱਦੇ ਪੰਜਾਬ ਦੇ ਬਹੁਤ ਵੱਡੇ ਨੇ ਇਹਨਾਂ ਤੇ ਧਿਆਨ ਦੇਣ ਦੀ ਲੋੜ ਆ ਹਰ ਪਾਰਟੀ ਨੂੰ ਵੋਟਾਂ ਲੈਣ ਦੇ ਮਾਰੇ ਤਾਂ ਸਾਰੇ ਹੀ ਆਪਣੇ ਆਪ ਨੂੰ ਲੋਕਤਾ ਹਤਾਸ਼ੀ ਖਵਾ ਰਹੇ ਆ ਹਰੇ ਹਰ ਇੱਕ ਕਹਿ ਰਿਹਾ ਵੀ ਮੈਂ ਲੋਕਾਂ ਦਾ ਬਹੁਤ ਦਿਲੋਂ ਸੋਚ ਰਿਆ ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਸੋਚ ਰਿਹਾ ਕਿ ਲੱਗ ਰਿਹਾ ਕਿ ਇਹਨਾਂ ਚੋਣਾਂ ਦੇ ਵਿੱਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਸਾਰੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਰ ਰਹੀਆਂ ਨੇ ਹਾਂਜੀ ਮੁੱਦੇ ਉਛਾਲ ਸਾਰੀਆਂ ਪਾਰਟੀਆਂ ਰਹੀਆਂ ਨੇ ਬਹੁਤ ਜ਼ੋਰ ਸ਼ੋਰ ਨਾਲ ਉਛਾਲ ਕੇ ਇੱਕ ਦੂਜੇ ਨੂੰ ਠੱਬੀ ਲਾਉਣ ਦੇ ਵਿੱਚ ਮੇਰਾ ਖਿਆਲ ਇੰਟਰਸਟ ਜਿਆਦੇ ਨੇ ਨਾ ਕਿ ਦਿਲੋਂ ਲੋਕਾਂ ਦੇ ਮੁੱਦੇ ਹੱਲ ਕਰਨ ਵੱਲ ਘੱਟ ਧਿਆਨ ਦਿੱਤਾ ਜਾਂਦਾ ਉਹ ਮੁੱਦੇ ਨੂੰ ਵਰਤ ਕੇ ਇੱਕ ਦੂਜੇ ਨੂੰ ਠੱਬੀ ਲਾਉਣ ਦਾ ਹਾਰੀਆਂ ਪਾਰਟੀਆਂ ਸੋਚਦੀਆਂ ਨੇ ਹਰੇਕ ਪਾਰਟੀ ਚੁੱਕਦੀ ਹੈ ਜਦੋਂ ਦੂਸਰੀ ਪਾਰਟੀ ਸੱਤਾ 'ਚ ਹੁੰਦੀ ਹੈ ਉਹੀ ਪਾਰਟੀ ਉਹ ਮੁੱਦੇ ਉਠਾਉਂਦੀ ਆ ਜਦੋਂ ਆਪ ਸੱਤਾ 'ਚ ਹੁੰਦੀ ਆ ਤਾਂ ਉਹ ਪਾਰਟੀ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ ਜੀ ਬਹੁਤ ਬਹੁਤ ਧੰਨਵਾਦ ਸਸਿਕਾਲ ਜੀ ਸਸਿਕਾਲ ਜੀ ਕੀ ਨਾਮ ਹੈ ਜੀ ਸੇਵਕ ਸਿੰਘ ਅੱਛਾ ਸੇਵਕ ਜੀ ਕੀ ਲੱਗ ਰਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਅਜੇ ਵੀ ਅਣਸੁਲਝੇ ਨੇ ਮੁੱਦੇ ਤਾਂ ਇਹ ਸਭ ਤੋਂ ਵੱਡਾ ਤਾਂ ਨਸ਼ੇ ਦਾ ਹੀ ਆ ਜੀ ਮੈਂ ਤਾਂ ਸਮਝਦਾ ਵੀ ਨਸ਼ਾ ਸਭ ਤੋਂ ਵੱਧ ਨਸ਼ੇ ਨੇ ਸਾਰੀ ਜਵਾਨੀ ਗਾਲ ਕੇ ਰੱਖਤੀ ਸਭ ਤੋਂ ਜਿਹੜੀਆਂ ਆਪਣੀਆਂ ਵਿਧਾਨ ਸਭਾ ਚੋਣਾਂ ਆਈਆਂ ਸੀ ਇਹਦੇ ਵਿੱਚ ਵੀ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਹੀ ਸੀ ਸੋਂ ਵੀ ਖਾਦੀ ਸੀ ਜੋ ਕਿ ਮੈਨੂੰ ਲੱਗਦਾ ਵੀ 10% ਵੀ ਕਮ ਨਹੀਂ ਨਸ਼ੇ ਦਾ ਘਟਿਆ ਜਿੰਨਾ ਤੱਕ ਅਸੀਂ ਸੋਚ ਰਹੇ ਹਾਂ ਬਾਕੀ ਗੱਲ ਰਹੀ ਜਿੰਨਾ ਚਿਰ ਪੰਜਾਬ ਦੇ ਵਿੱਚ ਐਜੂਕੇਸ਼ਨ ਤੇ ਹੈਲਥ ਦਾ ਨਹੀਂ ਖਿਆਲ ਰੱਖਿਆ ਜਾਂਦਾ ਸਰਕਾਰਾਂ ਵੱਲੋਂ ਇਹ ਮੁੱਦੇ ਨਹੀਂ ਘਟਨੇ ਅੱਛਾ ਕਿ ਕਿਸਾਨ ਖੁਦਕੁਸ਼ੀਆਂ ਦੀ ਗੱਲ ਕਰ ਲਈਏ ਪੰਜਾਬ ਦੇ ਵਿਕਾਸ ਦੀ ਗੱਲ ਕਰ ਲਈਏ ਨੌਜਵਾਨ ਦੇਸ਼ ਦੀ ਧਰਤੀ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਆ ਇਹ ਵੀ ਵੱਡੇ ਮੁੱਦੇ ਮੰਨਦੇ ਹੋ ਇਹ ਵੀ ਵੱਡੇ ਮੁੱਦੇ ਆ ਜੇ ਥੋੜਾ ਨਸ਼ਾ ਵੱਲੋਂ ਬੰਦੇ ਦਾ ਧਿਆਨ ਘਟੇਗਾ ਹੋ ਸਕਦਾ ਵੀ ਕੋਈ ਬੰਦਾ ਕੰਮਕਾਰ ਚ ਜ਼ਿਆਦਾ ਅੱਗੇ ਆ ਸਕਦਾ ਅੱਛਾ ਜਿਹੜੀ ਵੀ ਰਾਜਨੀਤਿਕ ਪਾਰਟੀ ਦੇ ਆਗੂ ਨੂੰ ਤੁਸੀਂ ਵੋਟ ਦੋਗੇ ਉਹਨਾਂ ਕੇ ਸਾਰੇ ਮੁੱਦੇ ਰੱਖੋਗੇ ਮੁੱਦੇ ਤਾਂ ਜੀ ਆਈ ਵਾਰੀ ਰੱਖਦੇ ਹੀ ਆਕਰ ਜੋ ਹੈ ਕਿ ਕੈਪਟਨ ਨੇ ਵੀ ਵਾਅਦੇ ਕੀਤੇ ਸੀਗੇ ਵੀ ਘਰ ਘਰ ਨੌਕਰੀ ਦੇਵਾਂਗੇ ਨਸ਼ੇ ਨੂੰ ਖਤਮ ਕਰਾਂਗੇ ਮੈਨੂੰ ਦੋ ਮੁੱਦੇ ਵੀ ਹੋ ਜਾਣਾ ਵੀ ਨਸ਼ਾ ਵੀ ਖਤਮ ਹੋ ਜਾਏ ਤੇ ਘਰ ਘਰ ਨੌਕਰੀ ਵੀ ਮਿਲ ਜਾਏ ਮਿਲੋ ਇਹ ਹੀ ਬਹੁਤ ਹੈ ਸਾਡੇ ਵਾਸਤੇ ਤਾਂ ਅੱਛਾ ਇਸ ਦੇ ਨਾਲ ਹੀ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਵੀ ਕਰਦੀਆਂ ਜਾ ਰਹੀਆਂ ਨੇ ਪਰ ਉਹਨਾਂ ਇਲਜ਼ਾਮ ਤਰਾਸ਼ੀਆਂ ਤੋਂ ਬਾਅਦ ਜੇਕਰ ਲੋਕ ਮੁੱਦਿਆਂ ਦੀ ਗੱਲ ਕਰੀਏ ਤਾਂ ਤੁਹਾਨੂੰ ਨਹੀਂ ਲੱਗ ਰਿਹਾ ਕਿ ਲੋਕ ਮੁੱਦੇ ਕਿਤੇ ਨਾ ਕਿਤੇ ਪਿੱਛੇ ਹੁੰਦੇ ਜਾ ਰਹੇ ਨੇ ਤੇ ਰਾਜਨੀਤਿਕ ਪਾਰਟੀਆਂ ਦੀ ਜਿਹੜੀ ਰਾਜਨੀਤਿਕ ਪਾਰਟੀਆਂ ਦੀ ਇਲਜ਼ਾਮ ਤਰਾਸ਼ੀਓ ਅੱਗੇ ਆਰੀ ਇਲਜ਼ਾਮ ਤਾਂ ਦੇਖੋ ਜੀ ਇੱਕ ਦੂਜੇ ਪਾਰਟੀ ਤੇ ਲਾਉਣੀ ਆ ਕੋਈ ਵੀ ਆ ਜੇ ਕਾਂਗਰਸ ਆ ਅਕਾਲੀਆਂ ਤੇ ਲਾ ਰਹੀ ਆ ਅਕਾਲੀ ਕਾਂਗਰਸੀਆਂ ਤੇ ਲਾ ਰਹੇ ਆ ਆਪ ਵਾਲੇ ਵੀ ਸਾਰਿਆਂ ਕਸ਼ ਕਰ ਰਹੇ ਆ ਬਾਕੀ ਦੇਖੋ ਆ ਰਹੀਆਂ ਵੋਟਾਂ ਕੀ ਕਰ ਰਹੇ ਆ ਇਹ ਅਸੀਂ ਅੱਗੇ ਵਾਸਤੇ ਸੋਚਾਂਗੇ ਅਸੀਂ ਤਾਂ ਇਹ ਕਹਿੰਦੇ ਨੌਜਵਾਨੀ ਨੂੰ ਜੇ ਬਚਾਇਆ ਜਾਵੇ ਸਾਰੇ ਮਸਲੇ ਹੱਲ ਹੋ ਸਕਦੇ ਆ ਜੇ ਨੌਜਵਾਨੀ ਬਚ ਜੇ ਨਸ਼ੇ ਤੋਂ ਸਾਰੇ ਮਸਲੇ ਆਪਣੇ ਆਪ ਹੀ ਹੱਲ ਹੋ ਜਾਣਗੇ ਜੀ ਬਹੁਤ ਬਹੁਤ ਧੰਨਵਾਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਵੀ ਇਹੋ ਕਹਿਣਾ ਹੈ ਕਿ ਕਿਤੇ ਨਾ ਕਿਤੇ ਜਿੱਥੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਹੈ ਨੌਜਵਾਨੀ ਨੂੰ ਬਚਾਉਣਾ ਪੰਜਾਬ ਦੀ ਆਵਾਮ ਦੇ ਸਾਰੇ ਮਸਲੇ ਹੱਲ ਕਰਨਾ ਇਹ ਪਹਿਲ ਦੇ ਆਧਾਰ ਦੇ ਉੱਤੇ ਹੋਣਾ ਚਾਹੀਦਾ ਹੈ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ ਤੇ ਸਾਡੇ ਨਾਲ ਨੌਜਵਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕੀ ਲੋਕ ਮਦਿਆਂ ਦੀ ਗੱਲ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਗੁਰਵਿੰਦਰ ਸਿੰਘ ਜੀ ਅੱਛਾ ਗੁਰਵਿੰਦਰ ਜੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਕਿ ਲੋਕ ਮਦਿਆਂ ਦੀ ਗੱਲ ਹੋ ਰਹੀ ਹੈ ਬਿਲਕੁਲ ਹੀ ਹੋ ਰਹੀ ਜੀ ਲੋਕ ਮੁੱਦਿਆਂ ਦੀ ਲੋਕ ਮੁੱਦੇ ਤਾਂ ਬਿਲਕੁਲ ਸਰਕਾਰ ਭੜਕ ਚੁੱਕੀ ਆ ਕੋਈ ਬੇਰਜਗਾਰੀ ਬਾਰੇ ਨਹੀਂ ਸੋਚ ਰਹੀ ਕੋਈ ਭ੍ਰਿਸ਼ਟਾਚਾਰ ਬਾਰੇ ਨਹੀਂ ਸੋਚ ਰਹੀ ਭ੍ਰਿਸ਼ਟਾਚਾਰ ਬਹੁਤ ਲੋਕ ਮੁੱਦੇ ਬਿਲਕੁਲ ਇਹਨਾਂ ਨੇ ਪਿੱਛੇ ਕਰਤੇ ਤੇ ਆਪਣੇ ਦੂਜੇ ਮੁੱਦੇ ਮੂਰੇ ਕਰ ਲਏ ਵੋਟਾਂ ਦੇ ਲਈ ਅੱਛਾ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜਿਹੜਾ ਪੰਜਾਬ ਦਾ ਪਿਛਲੇ ਲੰਬੇ ਸਮੇਂ ਤੋਂ ਇੱਕ ਵੱਡਾ ਮਾਹੌਲ ਬਣਿਆ ਹੋਇਆ ਸੀ ਕਾਫੀ ਮੁੱਦੇ ਵਿਚਾਰੇ ਜਾਣੇ ਚਾਹੀਦੇ ਸਨ ਕੀ ਲੱਗ ਰਿਹਾ ਹੈ ਕਿ ਸਾਰੇ ਮੁੱਦੇ ਵਿਚਾਰੇ ਜਾ ਰਹੇ ਨੇ ਨਹੀਂ ਬਿਲਕੁਲ ਨਹੀਂ ਮੁੱਦੇ ਵਿਚਾਰੇ ਜਾ ਰਹੇ ਜੀ ਕੋਈ ਕਰਜ਼ਾ ਮਾਫੀ ਨਹੀਂ ਜਿਹੜੀ ਨੂੰ ਜਿਹੜੇ ਵਾਅਦਿਆਂ ਨਾਲ ਸਰਕਾਰ ਚ ਆਏ ਸੀ ਕੈਪਟਨ ਸਾਹਿਬ ਕੋਈ ਉਹਨਾਂ ਨੇ ਵਾਅਦਾ ਨਹੀਂ ਪੂਰਾ ਕਰਿਆ ਕੋਈ ਕਰਜ਼ਾ ਮਾਫੀ ਨਹੀਂ ਹੋਈ ਕੋਈ ਸਮਾਰਟਫੋਨ ਨਹੀਂ ਮਿਲੇ ਕੋਈ ਰੁਜ਼ਗਾਰ ਨਹੀਂ ਨੌਜਵਾਨਾਂ ਲਈ ਪੈਦਾ ਕਰ ਸਕੇ ਸਿਰਫ ਇੱਕ ਸ਼ੋਸ਼ਾ ਜਿਹੜਾ ਕਰਜ਼ਾ ਮਾਫੀ ਵਾਲਾ ਸਿਰਫ ਇੱਕ ਝੂਮਲਾ ਕਿਸੇ ਦਾ 10000 ਮਾਫ ਹੋ ਰਿਹਾ ਕਿਸੇ ਦਾ 15 ਹੋ ਰਿਹਾ ਖੁਦ ਮੇਰੇ ਪਿੰਡ ਚ سرمایہਦਾਰਾਂ ਦੇ ਕਰਜ਼ੇ ਮਾਫ ਹੋ ਗਏ ਗਰੀਬ ਕਿਸਾਨ ਬਿਲਕੁਲ ਪਿੱਛੇ ਰਹਿ ਗਏ ਪਰ ਕੈਪਟਨ ਸਾਹਿਬ ਤਾਂ ਕਹਿ ਰਹੇ ਕਿ ਉਹਨਾਂ ਨੇ ਕਰਜ਼ਾ ਮਾਫੀ ਮਹਿੰਮ ਚਲਾਈ ਹੈ ਤੇ ਵੱਡਾ ਵੱਡੀ ਰਾਹਤ ਵੀ ਕਿਸਾਨਾਂ ਨੂੰ ਦਿੱਤੀ ਹੈ ਮੇਰੇ ਵੀਰੇ ਸਨੌਰ ਹਲਕੇ ਚ ਪਿੰਡਾ ਉੱਥੇ ਖੁਦ ਆ ਕੇ ਸਾਡੇ ਸਟੇਟੇ ਚ ਜਾ ਕੇ ਦੇਖ ਲੈਣ ਸਿਰਫ ਜਿਹੜੇ ਨਜ਼ਦੀਕੀ ਲੋਕ ਆ ਉਹਨਾਂ ਦਾ ਕਰਜ਼ਾ ਮਾਫ ਹੋਇਆ ਕਿਸੇ ਕਿਸਾਨ ਦਾ ਕਰਜ਼ਾ ਮਾਫ ਨਹੀਂ ਹੋਇਆ ਅੱਛਾ ਕਿਹੜੇ ਕਿਹੜੇ ਮੁੱਦੇ ਅਜੇ ਵੀ ਇਨ੍ਹਾਂ ਲੋਕ ਸਭਾ ਚੋਣਾਂ ਦੇ ਸਮੇਂ ਅਣਸੁਲਝੇ ਨੇ ਪੰਜਾਬ ਦੇ ਪੰਜਾਬ ਦੇ ਸੁਆਮੀਨਾਥਨ ਰਿਪੋਰਟ ਕੈਪਟਨ ਸਾਹਿਬ ਨੇ ਵੀ ਕਿਹਾ ਸੀ ਮੋਦੀ ਸਾਹਿਬ ਨੇ ਕਿਹਾ ਸੀ ਵੀ ਸਰਕਾਰ ਬਣਨੇ ਤੋਂ ਬਾਅਦ ਸੁਆਮੀਨਾਥਨ ਰਿਪੋਰਟ ਲਾਗੂ ਕਰਾਂਗੇ ਇਨ੍ਹਾਂ ਨੇ ਕੋਈ ਉਸ ਵੱਲ ਧਿਆਨ ਨਹੀਂ ਦਿੱਤਾ ਸਿਰਫ ਇੱਕ ਵਾਰੀ 200 ਰੁਪਏ ਰੇਟ ਵਧਾ ਕੇ ਉਹ ਵੀ ਕੁਸੂ ਦੇ ਨਾਲ ਬੰਨ ਨਹੀਂ ਲੱਗਾ ਡੀਜ਼ਲ 70 ਰੁਪਏ ਲੀਟਰ ਹੋ ਗਿਆ ਜਿਹੜਾ ਕੰਮ ਪਹਿਲਾਂ 10000 ਦਾ ਡੀਜ਼ਲ ਫੂਕੇ ਹੁੰਦਾ ਸੀ ਅੱਜ 50 50000 ਜਾਂਚ ਪਹੁੰਚ ਗਿਆ 5 ਗੁਣਾ ਡੀਜ਼ਲ ਦੇ ਰੇਟ ਵਧ ਗਏ ਪਰ ਫਸਲ ਦਾ ਕੋਈ ਰੇਟ ਨਹੀਂ ਵਧਿਆ ਦਿਹਾੜੀ ਵਧ ਗਈ ਮਜ਼ਦੂਰ ਦੀ ਪਰ ਫਸਲ ਦਾ ਕੋਈ ਰੇਟ ਨਹੀਂ ਵਧਿਆ ਰਾਜਨੀਤਿਕ ਆਗੂ ਜਦੋਂ ਤੁਹਾਡੇ ਦਰ ਦੇ ਉੱਤੇ ਵੋਟ ਮੰਗਣ ਲਈ ਆਉਣਗੇ ਇਹ ਮੁੱਦੇ ਰੱਖੋਗੇ ਹਾਂ ਬਿਲਕੁਲ ਰੱਖਾਂਗੇ ਜੀ ਜਦੋਂ ਸਾਡੇ ਪਿੰਡ 'ਚ ਕਦੇ ਵੀ ਕੋਈ ਵੀ ਪਾਰਟੀ ਦਾ ਆਵੇ ਅਸੀਂ ਤੇ ਮਰੇ ਬਿਲਕੁਲ ਆਹੀ ਮੁੱਦੇ ਰੱਖਾਂਗੇ केड़े -केड़े अच्छा ਕਿਹੜੇ ਕਿਹੜੇ ਮੁੱਦਿਆਂ ਦੇ ਆਧਾਰ ਦੇ ਉੱਤੇ ਤੁਸੀਂ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਵੋਟ ਦਾ ਇਸਤੇਮਾਲ ਕਰੋਗੇ ਅਸੀਂ ਤਾਂ ਵਿਕਾਸ ਦੇ ਆਧਾਰ ਤੇ ਡਵੈਲਪਮੈਂਟ ਦੇ ਆਧਾਰ ਤੇ ਵੋਟ ਕਰਾਂਗੇ ਜਿਹੜਾ ਬੰਦਾ ਕਰੂਗਾ ਜਿਵੇਂ ਉਹ ਬੈਂਸਾ ਸਿਮਰਜੀਤ ਸਿੰਘ ਬੈਂਸਾ ਉਹਦੀ ਬਹੁਤ ਵਧੀਆ ਸੋਚ ਆ ਪ੍ਰਿਸ਼ਟਾਚਾਰ ਨੂੰ ਨੱਥ ਪਾ ਰਿਆ ਅਸੀਂ ਇਹਨਾਂ ਇਹਨਾਂ ਮੰਗਾਂ ਨੂੰ ਆਪਣੇ ਦਿਮਾਗ 'ਚ ਲੈ ਕੇ ਫੇਰ ਵੋਟ ਕਰਾਂਗੇ ਕੀ ਨਾਵਾ ਜੀ ਸੰਦੀਪ ਸਿੰਘ ਹੈ ਜੀ ਅੱਛਾ ਸੰਦੀਪ ਤੁਸੀਂ ਨੌਜਵਾਨੋਂ ਕੀ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਸਿਰਤੇ ਨੇ ਕਿਹੜੇ ਕਿਹੜੇ ਮੁੱਦੇ ਅਜੇ ਵੀ ਅਣਸੁਲਝੇ ਨੇ ਮੁੱਦਾ ਦਾ ਕੋਈ ਸੁਲਝੇ ਹੀ ਨਹੀਂ ਹੈਗਾ ਜੀ ਹੁਣ ਕਿਹੜਾ ਅੰਤੁਲਜਾ ਕਹਿ ਦੀਏ ਤੇ ਕਿਹੜਾ ਸੁਲਝਾ ਕਹਿ ਦੀਏ ਬਹੁਰੇ ਔਖਾ ਹੀ ਹੈ ਜੀ ਹੁਣ ਆਮ ਬੰਦੇ ਦਾ ਕੋਈ ਉਹ ਨਹੀਂ ਹੈਗਾ ਗਰੀਬ ਬੰਦੇ ਨੂੰ ਤਾਂ ਬੰਦਾ ਸਮਝਦੇ ਨਹੀਂ ਹੈਗੇ ਔਰੇ ਜਿਹੜੇ ਕੋਲ ਪੈਸਾ ਹੈ ਹਾਂ ਮੈਂ ਉਹਨੂੰ ਜਾਣਦਾ ਮੰਤਰੀ ਨੂੰ ਜਾਣਦਾ ਫਲਾਣੇ ਨੂੰ ਜਾਣਦਾ ਹੈ ਉਹ ਬੰਦਾ ਹੈ ਕਹਿੰਦੇ ਵੀ ਹਾਂ ਮੈਂ ਐ ਕਰ ਦੂੰਗਾ ਫਲਾਣਾ ਕਰ ਦੂੰਗਾ ਜਿਹੜਾ ਕਹਿੰਦਾ ਵੀ ਮੈਂ ਕਿਸੇ ਨੂੰ ਜਾਣਦੇ ਨਹੀਂ ਆ ਤੂੰ ਬੰਦਾ ਕਹਾਦਾ ਅੱਛਾ ਚੋਣਾਂ ਦੌਰਾਨ ਕੀ ਲੱਗ ਰਿਹਾ ਕਿ ਕਿਹੜੇ-ਕਿਹੜੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ ਤੇ ਸਰਕਾਰਾਂ ਕਰ ਨਹੀਂ ਰਹੀ ਬਸ ਤਾਂ ਸਾਾਨੂੰ ਹੁਣ ਤੈਨੂੰ ਪਤਾ ਹੀ ਆ ਉਹਦੇ ਕੋਈ ਕਾਨੂੰਨ ਨਹੀਂ ਹੈਗਾ ਆਮ ਬੰਦੇ ਦੇ ਹੱਕ ਦੇ ਵਿੱਚ ਅਮੀਰ ਬੰਦਿਆਂ ਦੇ ਹੱਕ ਦੇ ਵਿੱਚ ਸਾਰੇ ਕਾਨੂੰਨ ਹੈ ਬਸ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਜੀ ਮੇਰਾ ਨਾਮ ਵਰੁਣ ਹੈ ਜੀ ਅੱਛਾ ਵਰੁਣ ਕੀ ਲੱਗ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਕਿਹੜੇ ਕਿਹੜੇ ਮੁੱਦੇ ਪੰਜਾਬ ਦੇ ਅਜੇ ਵੀ ਅਣਸੁਲਝੇ ਨੇ ਸਰ ਪੰਜਾਬ 'ਚ ਬਹੁਤ ਮੁੱਦੇ ਆ ਜੋ ਕੀ ਅਣਸੁਲਝੇ ਨੇ ਜਿਦਾਂ ਕਿ ਸਰਕਾਰ ਨੇ ਕਿਹਾ ਸੀ ਨੌਕਰੀਆਂ ਦਿੱਤੀਆਂ ਜਾਣੀਆਂ ਮੋਬਾਈਲ ਵੰਡੇ ਜਾਣਗੇ ਇਦਾਂ ਦਾ ਕੁਝ ਨਹੀਂ ਹੋਇਆ ਉਲਟਾ ਕਹ ਕਹਦੇ ਸੀ ਕਿ ਗਰੀਬੀ ਹਟੂਗੀ ਮੇਰੇ ਨਾਲੋਂ ਹੋਰ ਵੱਧ ਗਈ ਆ ਕੰਮ ਸਾਰੇ ਠੱਪ ਹੋ ਗਏ ਆ ਰਜਿਸਟਰੀਆਂ ਨਹੀਂ ਹੋਣਦੀਆਂ ਗਰੀਬ ਬੰਦਾ ਗਰੀਬ ਹੋਈ ਜਾਂਦਾ ਅਮੀਰ ਬੰਦਾ ਅਮੀਰ ਹੋਈ ਜਾਂਦਾ ਇਹ ਸਿਰਫ ਸਰਕਾਰਾਂ ਹੀ ਕਰਾਉਂਦੀਆਂ ਨੇ ਤੇ ਮੈਂ ਕਹਿੰਦਾ ਜੋ ਵੀ ਬੰਦਾ ਹੈ ਜਿਹੜੀ ਸਰਕਾਰ ਸਹੀ ਆ ਉਹਨੂੰ ਚੁਣੋ ਜਿਹੜਾ ਵਾਅਦੇ ਕਰਦਾ ਉਹਨੂੰ ਪੂਰੇ ਕਰਨੇ ਚਾਹੀਦੇ ਆ ਤੇ ਜਿਹੜਾ ਨਹੀਂ ਵਾਅਦੇ ਪੂਰੇ ਕਰਦਾ ਉਹਨੂੰ ਵੋਟ ਪਾਉਂਦਾ ਸਾਨੂੰ ਕੋਈ ਹੱਕ ਨਹੀਂ ਆ ਅੱਛਾ ਤੁਹਾਡੇ ਦਰ ਦੇ ਉੱਤੇ ਜੇ ਕੋਈ ਲੋਕ ਨੁਮਾਇੰਦਾ ਵੋਟ ਦੇ ਲਈ ਆਉਂਦਾ ਹੈ ਕੀ ਇਹ ਸਾਰੇ ਜਿਹੜੇ ਵਾਦਿਆਂ ਦੀ ਗੱਲਾਂ ਤੁਸੀਂ ਕਰੀ ਐ ਉਹਨਾਂ ਦੇ ਅੱਗੇ ਰੱਖੋਗੇ ਜੀ ਮੈਂ ਸਾਰੀਆਂ ਗੱਲਾਂ ਉਹਨਾਂ ਦੇ ਅੱਗੇ ਰੱਖੂੰਗਾ ਮੈਂ ਇੱਕ ਨਾਗਰਿਕਾਂ ਜੋ ਵੀ ਸਾਨੂੰ ਸਾਰਿਆਂ ਨੂੰ ਚਾਹੀਦਾ ਵਾ ਜੋ ਵਾਦੇ ਪ੍ਰੋਮਿਸਸ ਕਰਕੇ ਜਾਂਦੇ ਆ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਆ ਤੇ ਉਹਨਾਂ ਨੂੰ ਅੱਗੇ ਵੱਧ ਚੜ ਕੇ ਹਿੱਸਾ ਹੋਰ ਲੈਣਾ ਚਾਹੀਦਾ ਜੋ ਕੀ ਕੰਮ ਹੋਣ ਵਾਲੇ ਆ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਆ ਉਹ ਫੰਡ ਲੈ ਲੈਂਦੇ ਆ ਕੰਮ ਕੋਈ ਨਹੀਂ ਕਰਦੇ ਅੱਛਾ ਤੁਹਾਡੇ ਮੁਤਾਬਿਕ ਕਿਹੜੇ-ਕਿਹੜੇ ਮੁੱਦੇ ਅਜੇ ਵੀ ਅਣਸੁਲਝੇ ਨੇ ਜੀ بڑے ਮੁੱਦੇ ਆ ਜੀ ਜਿੱਦਾਂ ਸਰਕਾਰ ਨੇ ਕਿਹਾ ਸੀ ਕਿ ਨੌਕਰੀਆਂ ਦਿੱਤੀਆਂ ਜਾਣੀਆਂ ਇਹ ਜਿਹੜੇ ਚੰਗੇ ਪੜੇ ਘਰਾਂ ਦੇ ਮੁੰਡੇ ਜੋ ਪੜ੍ਹੇ ਲਿਖੇ ਆ ਵੈਲ ਐਜੂਕੇਟਿਡ ਆ ਅੱਜ ਵੀ ਉਹ ਕੋਈ ਟੈਂਪੂ ਚਲਾ ਰਿਹਾ ਕੋਈ ਕਿਤੇ ੱਟਕੇ ਖਾ ਰਿਹਾ ਇਹ ਦੇਖ ਕੇ ਬੜਾ ਮਨ ਚ ਆਂਦਾ ਜਦੋਂ ਆਪਾਂ ਬਾਹਰ ਇੱਥੋਂ ਦੇ ਜਿਹੜੇ ਹੈਗੇ ਸਟੂਡੈਂਟ ਉਹ ਬਾਹਰ ਜਾ ਰਹੇ ਆਪਣਾ ਫਿਊਚਰ ਸਿਕਿਉਰ ਕਰਨ ਨਾਲ ਵਾਸਤੇ ਜੋ ਕੀ ਇੱਥੇ ਹੋ ਸਕਦਾ ਵਾ ਜੇ ਸਰਕਾਰਾਂ ਚਾਹੰਤ ਪਰ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਕਿ ਘਰ ਘਰ ਨੌਕਰੀ ਵੰਡੀ ਜਾ ਰਹੀ ਹੈ ਕੋਈ ਨਹੀਂ ਵੰਡੀ ਜਾ ਰਹੀ ਮੈਨੂੰ ਕੋਈ ਮੁੰਡਾ ਦਿਖਾ ਦਿਓ ਜਿੰਨੂੰ ਨੌਕਰੀ ਮਿਲੀ ਆ ਕਿਸੇ ਨੂੰ ਨਹੀਂ ਮਿਲ ਰਹੀ ਨੌਕਰੀ ਇਹ ਗੱਲਾਂ ਹੀ ਆ ਜੀ ਕਿਸੇ ਨੂੰ ਆਪਣਾ ਬੰਦਾ ਲੈ ਕੇ ਖਿਲਾ ਕੇ ਅੱਗੇ ਖੜਾ ਜੀ ਬਹੁਤ ਬਹੁਤ ਧੰਨਵਾਦ ਇੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਸਾਰਿਆਂ ਦੇ ਇਹੋ ਵਿਚਾਰ ਹੈ ਕਿ ਪੰਜਾਬ ਦੇ ਜਿਹੜੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਸੀ ਉਹ ਅਜੇ ਵੀ ਅਣਸੁਲਝੇ ਨੇ ਇੱਥੇ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਸੀ ਪਰ ਜਿਹੜੇ ਰਾਜਨੀਤਿਕ ਆਗੂ ਹੈ ਉਹ ਉਹਨਾਂ ਮੁੱਦਿਆਂ ਨੂੰ ਪਿੱਛੇ ਛੱਡਦੇ ਜਾ ਰਹੇ ਨੇ ਇੱਥੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਕੀ ਨਾਮ ਹੈ ਜੀ ਅਮਰਜੀਤ ਅੱਛਾ ਅਮਰਜੀਤ ਜੀ ਲੋਕ ਸਭਾ ਚੋਣਾਂ ਸਿਰਤੇ ਨੇ ਤੇ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਲੋਕ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਸੀ ਪਰ ਉਲਟਾ ਇਲਜ਼ਾਮ ਤਰਾਸ਼ੀਆਂ ਹੋ ਰਹੀਆਂ ਨੇ ਪਾਰਟੀਆਂ ਦੀ ਇੱਕ ਦੂਜੇ ਦੇ ਵਿੱਚ ਲੋਕ ਮੁੱਦੇ ਗਾਇਬ ਨੇ ਕਿਹੜੇ ਕਿਹੜੇ ਮੁੱਦੇ ਗਾਇਬ ਹੋ ਉਦੇ ਜਾ ਰਹੇ ਨੇ ਇਹ ਪਾਰਟੀਆਂ ਆਪੋਜ਼ਿਟ ਨੇ ਇਹਨਾਂ ਦਾ ਪਤਾ ਕੀ ਇਹ ਇੱਕ ਦੂਜੇ ਨੂੰ ਸੂਤਾਂ ਦੇ ਕਹੀ ਜਾਂਦੇ ਆ ਪਰ ਬਦਹੂਰੇ ਨਹੀਂ ਕਰਦੇ ਬਦਹੂਰੇ ਨਹੀਂ ਕਰਦੇ ਬਾਕੀ ਇਹ ਆ ਵੀ ਨਸ਼ਾ ਪਹਿਲੀ ਮੇਨ ਕੰਮ ਤਾਂ ਨਸ਼ਿਆਂ ਦਾ ਸੀਗਾ ਨਸ਼ਿਆਂ ਤੋਂ ਇਹਨਾਂ ਨੇ ਕੈਪਟਨ ਸਾਹਿਬ ਨੇ ਕੀਤਾ ਸੀਗਾ ਵੀ ਅਸੀਂ ਨਸ਼ਾ ਮੁਕਤ ਕਰਾਂਗੇ ਪਰ ਉਹਨਾਂ ਨੇ ਇੱਕ ਹਫ਼ਤੇ ਚ ਮੁਕਤ ਕੀਤੇ ਕਹਿੰਦੇ ਕਰਾਂਗੇ ਪਰ ਹੁਣ ਦੇਖੋ ਕਿੰਨਾ ਚਿਰ ਕਿੰਨਾ ਟਾਈਮ ਹੋ ਗਿਆ 2 ਸਾਲ ਹੋ ਗਿਆ ਪਰ ਕੋਈ ਕੈਪਟਨ ਸਾਹਿਬ ਤਾਂ ਕਹਿ ਰਹੇ ਆ ਕਿ ਨਸ਼ਾ ਮੁਕਤ ਹੋ ਗਿਆ ਪੰਜਾਬ ਨਹੀਂ ਨਸ਼ਾ ਮੁਕਤ ਕਿੱਥੋਂ ਹੋ ਗਿਆ ਲੋਕ ਪਿੰਡਾਂ ਦੇ ਵਿੱਚ ਇੱਕ ਫਿਰਦੇ ਲੁੱਟਦੇ ਆ ਉਹ ਨਸ਼ਾ ਕਰਨ ਵਾਲੀ ਹੈ ਅੱਛਾ ਹੋਰ ਕਿਹੜੇ-ਕਿਹੜੇ ਮੁੱਦੇ ਤੁਹਾਨੂੰ ਲੱਗਦਾ ਹੈ ਕਿ ਚੋਣਾਂ ਦੌਰਾਨ ਵਾਅਦੇ ਤਾਂ ਕਰ ਦਿੱਤੇ ਜਾਂਦੇ ਨੇ ਪਰ ਉਹ ਹੱਲ ਨਹੀਂ ਹੋਏ ਲੋਕਾਂ ਨੂੰ ਕਹਿੰਦੇ ਕਰਜ਼ਾ ਮਾਫੀ ਕਰਾਂਗੇ ਕੋਈ ਕਰਜ਼ਾ ਆਪਣੀ ਜੇ ਤੇ ਹੁਣ ਹੁਣ ਕਹਿੰਦੇ ਨੇ ਵੀ 5-5 ਲੱਖ ਤੱਕ ਅਸੀਂ ਦਵਾਵਾਂਗੇ ਟਰੈਕਟਰ ਵਾਸਤੇ ਜਾਂ ਕੋਈ ਲੋਨ ਦਵਾਵਾਂਗੇ ਪਰ ਉਹ ਪਹਿਲੇ ਵਾਦੇ ਤਾਂ ਪੂਰੇ ਨਹੀਂ ਕੀਤੇ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕੀ ਨਾਮ ਹੈ ਜੀ ਪਵਨਦੀਪ ਸਿੰਘ ਜੀ ਅੱਛਾ ਪਵਨਦੀਪ ਕੀ ਲੱਗ ਰਿਹਾ ਕਿ ਕਿਹੜੇ-ਕਿਹੜੇ ਮੁੱਦੇ ਪੰਜਾਬ ਦੇ ਅਜੇ ਵੀ ਅਣਸੁਲਝੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਸੀ ਪਰ ਹੋ ਨਹੀਂ ਰਹੀ ਸਾਰੇ ਹੀ ਮੁੱਦੇ ਦੇਖੋ ਜਿੱਦਾਂ ਨਸ਼ਿਆਂ ਦਾ ਸੀਗਾ ਜੀ ਕਰਜਾ ਮਾਫੀ ਦਾ ਜਿੰਨੇ ਵੀ ਮੁੱਦੇ ਸੀਗੇ ਜੋ ਹਰੇਕ ਵਾਰ ਚੋਣਾਂ 'ਚ ਹੁੰਦੇ ਨੇ ਉਹੀ ਮੁੱਦੇ ਐਤਕੀ ਨੇ ਪਰ ਕੋਈ ਪੂਰਾ ਹੁੰਦਾ ਨਹੀਂ ਹਰੇ ਹਰ ਜਿੱਦਾਂ ਇਲੈਕਸ਼ਨ ਹੁੰਦੀ ਆ ਤੇ ਵਾਅਦੇ ਕਰਦੇ ਨੇ ਉਹਨਾਂ ਦੇ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੁੰਦਾ ਤੇ ਵੈਸੇ ਤਾਂ ਹੁਣ ਨੌਜਵਾਨ ਤੰਗਾ ਕੇ ਸਾਰੇ ਇਹ ਮੁੱਦਿਆਂ ਤੋਂ ਤੇ ਵੋਟਾਂ 'ਚ ਰੁਝਾਨ ਵੀ ਨੌਜਵਾਨੀ ਦਾ ਘਟਦਾ ਜਾਂਦਾ ਤੇ ਬਾਹਰ ਨੂੰ ਜਾ ਰਹੇ ਨੇ ਸਾਰੇ ਹੀ ਇੱਧਰ ਤਾਂ ਕੋਈ ਉਹਨਾਂ ਦਾ ਇੰਟਰਸਟ ਹੀ ਨਹੀਂ ਪੈਦਾ ਹੁੰਦੇ ਨੇ ਤੇ ਬੱਚੇ ਨੇ ਛੋਟੇ ਨੇ ਉਹ ਵੀ ਬਸ ਉਹਦੇ ਲਈ ਪੜਾਉਂਦੇ ਨੇ ਵੀ ਇਹਨੂੰ ਬਾਹਰ ਸੈਟਲ ਕਰ ਸਕੀ ਤੁਹਾਨੂੰ ਕੀ ਲੱਗ ਰਿਹਾ ਕਿ ਕਿਉਂ ਇਹਨਾਂ ਮੁੱਦਿਆਂ ਦੇ ਹੱਲ ਨਹੀਂ ਹੋ ਰਹੇ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕਿਉਂ ਇਹਨਾਂ ਮੁੱਦਿਆਂ ਨੂੰ ਹੱਲ ਨਹੀਂ ਕਰਨਾ ਚਾਹੁੰਦੀ ਸਰਕਾਰ ਅ ਦੇਖੋ ਵੀ ਸਾਰਾ ਮਾਮਲਾ ਹੀ ਇਹ ਗੋਲ ਆ ਤੇ ਮੁੱਦਿਆਂ ਲਈ ਤਾਂ ਚੋਣ ਲੜੀਉ ਹੀ ਨਹੀਂ ਜਾਂਦੀ ਕੋਈ ਸਿਰਫ ਏ ਟੂ ਜ਼ेड ਕਰਪਟੀ ਲੱਗ ਰਹੇ ਨੇ ਜਿੱਦਾਂ ਤੀਜੀ ਪਾਰਟੀ ਵੀ ਆਈ ਉਹਦੇ ਵਿੱਚੋਂ ਵੀ ਸਾਰੇ ਕਰਪਟੀ ਹਨਾ ਤੇ ਇਹ ਮੁੱਦੇ ਤਾਂ ਹੀ ਹੱਲ ਹੋ ਸਕਦੇ ਨੇ ਤੇ ਯੂਥ ਨੂੰ ਮੂਰੇ ਆਉਣਾ ਪੈਣਾ ਤੇ ਜਿੱਦਾਂ ਪਿਛਲੀ ਵਾਰ ਆਇਆ ਸੀ ਤਾਂ ਇੱਕ ਵਾਰੀ ਹਾਰ ਮੰਨ ਕੇ ਤਾਂ ਬਹਿਣਾ ਨਹੀਂ ਚਾਹੀਦਾ ਦੁਬਾਰਾ ਫੇਰ ਆਉਣਾ ਚਾਹੀਦਾ ਅੱਛਾ ਕਿਹੜੇ ਕਿਹੜੇ ਮੁੱਦੇ ਪੰਜਾਬ ਦੇ ਅਜੇ ਵੀ ਅਣਸੁਲਝੇ ਨੇ ਪਹਿਲਾ ਤਾਂ ਨਸ਼ਾ ਹੈ ਪਹਿਲਾ ਮੁੱਦਾ ਹੈ ਨਸ਼ੇ ਦਾ ਜੀ ਤੇ ਦੂਜਾ ਹੈਗਾ ਕਿਸਾਨੀ ਦਾ ਤੇ ਨੌਜਵਾਨ ਪੀੜੀ ਬੇਰੁਜ਼ਗਾਰੀ ਤੇ ਕੋਈ ਜਿੱਦਾਂ ਫਿਊਚਰ ਲਈ ਕੁਝ ਵੀ ਨੇਰਾ ਅੱਗੇ ਨੌਜਵਾਨੀ ਲਈ ਪਰ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਕਿਸਾਨੀ ਦਾ ਮੁੱਦਾ ਹੱਲ ਕਰ ਦਿੰਦਾ ਹੈ ਇੱਕ ਕਰਜ਼ਾ ਮੁਆਫੀ ਦੇ ਨਾਲ ਨੌਜਵਾਨਾਂ ਨੂੰ ਘਰ ਘਰ ਨੌਕਰੀ ਦਿੰਦੀ ਹੈ ਤੇ ਨਸ਼ੇ ਦਾ ਮੁੱਦਾ ਵੀ ਜਿਹੜਾ ਉਹ ਪੰਜਾਬ ਦੇ ਵਿੱਚ ਜੜੋਂ ਸਫਾਇਆ ਕਰ ਦਿੰਦਾ ਹੈ ਦੇਖੋ ਉਹਨਾਂ ਦਾ ਮੁੱਦਾ ਉਹਨਾਂ ਦੇ ਕਹਿਣ ਨਾਲ ਹੀ ਜਿੱਦਾਂ ਕਰਜ਼ਾ ਮਾਫ ਹੋ ਗਿਆ ਉਹ ਕਹਿ ਦਿੰਦੇ ਨੇ ਤਾਂ ਹੋ ਜਾਂਦਾ ਅਸਲ ਵਿੱਚ ਹੁੰਦਾ ਨਹੀਂ ਉਹਨਾਂ ਦੇ ਕਹਿਣ ਨਾਲ ਸਭ ਕੁਝ ਹੋ ਜਾਂਦਾ ਅੱਛਾ ਜਦੋਂ ਤੁਸੀਂ ਵੋਟ ਦੇਣ ਜਾਓਗੇ ਤਾਂ ਇਹਨਾਂ ਮੁੱਦਿਆਂ ਨੂੰ ਉਹਨਾਂ ਰਾਜਨੀਤਿਕ ਆਗੂਆਂ ਦੇ ਸਾਹਮਣੇ ਰੱਖੋਗੇ ਹਾਂਜੀ ਜੋ ਵੋਟ ਮੰਗਣੋਂ ਦਾ ਅਸੀਂ ਉਹਦੇ ਮੂਰੇ ਵੀ ਰੱਖਦੇ ਆ ਇਹ ਉਹਨੂੰ ਵੀ ਦੱਸਦੇ ਆ ਤੇ ਜਦੋਂ ਅਸੀਂ ਵੋਟ ਪਾਉਣ ਜਾਂਦੇ ਆ ਉੱਥੇ ਵੀ ਤੇ ਹਾਂ ਯੂਥ ਨੂੰ ਇਹ ਆ ਵੀ ਡਰਨਾ ਨਹੀਂ ਚਾਹੀਦਾ ਦਬਾਹ ਹੇਟਾ ਨਹੀਂ ਹੋਣਾ ਚਾਹੀਦਾ ਹਨਾ ਲੀਡਰਾਂ ਦੇ ਕੀ ਆ ਵੀ ਲੋਕ ਢਰ ਜਾਂਦੇ ਨੇ ਆਪਣੀ ਵੋਟ ਪਾਉਂਦੇ ਨੇ ਤਾਂ ਨਹੀਂ ਪਾਉਂਦੇ ਚਲੋ ਕਰਪਟ ਨੂੰ ਪਰ ਲੋਕੇ ਪਾਉਂਦੇ ਨੇ ਹਨਾ ਜਿਹਨੂੰ ਹੀ ਪਾਉਣੀਆਂ ਸ਼ਰਿਆਮ ਪਾਉਣੀਆਂ ਚਾਹੀਦੀਆਂ ਵੋਟ ਕੀ ਨਾਮ ਹੈ ਜੀ ਪ੍ਰਦੀਪ ਸਿੰਘ ਆ ਜੀ ਅੱਛਾ ਪ੍ਰਦੀਪ ਜੀ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਨੇ ਜਿਹੜੇ ਸਿਆਸੀ ਪਾਰਟੀਆਂ ਦੇ ਵੱਲੋਂ ਅਜੇ ਵੀ ਹੱਲ ਨਹੀਂ ਕੀਤੇ ਗਏ ਸਭ ਤੋਂ ਪਹਿਲਾਂ ਤਾਂ ਮੇਨ ਮੁੱਦਾ ਜਿਹੜਾ ਜੀ ਨਸ਼ੇ ਦਾ ਆ ਨਸ਼ੇ ਦਾ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਨਵੀਂ ਗਵਰਨਮੈਂਟ ਨੇ 15 ਸਾਲ ਬਾਅਦ ਸਰਕਾਰ ਬਣੀ ਹੈ ਜੀ ਅਜੇ ਤਾਈਂ ਕੋਈ ਉਹਦੇ ਤੋਂ ਸਾਨੂੰ ਤੋਂ ਕੋਈ ਸਾਰਤ ਖਾਲ ਨਹੀਂ ਦਿਸਿਆ ਜੀ ਅੱਛਾ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਮੁੱਦੇ ਸਮਝਦੇ ਹੋ ਕਿ ਅਜੇ ਤੱਕ ਹੱਲ ਨਹੀਂ ਹੋਏ ਉਹਰ ਸਰ ਮੇਨ ਤੇ ਇਹੀ ਚਗਾ ਜੀ ਮੁੱਦਾ ਜਿਹੜਾ ਇਹਨਾਂ ਨੇ ਮੇਨ ਸਭ ਤੋਂ ਜ਼ਿਆਦਾ ਚੁੱਕਿਆ ਸੀ ਗੁਟਕਾ ਸਾਭ ਦੇ ਹੱਥ ਰੱਖ ਕੇ ਵੀ ਇਹਨਾਂ ਨੇ ਸੌਂ ਖਾ ਕੇ ਇਹੀ ਕਿਹਾ ਸੀਗਾ ਵੀ ਅਸੀਂ ਸਭ ਤੋਂ ਪਹਿਲਾ ਮਸਲਾ ਇਹੀ ਹੱਲ ਕਰਾਂਗੇ ਮੇਨ ਪੰਜਾਬ ਦਾ ਜਿਹੜਾ ਮਸਲਾ ਹੈ ਜੀ ਕੈਪਟਨ ਸਾਹਿਬ ਤਾਂ ਕਹਿ ਰਹੇ ਕਿ ਨਸ਼ੇ ਨੂੰ ਠੱਲ ਪਾ ਦਿੱਤੀ ਉਹਨਾਂ ਨੇ ਨਹੀਂ ਗਰਾਊਂਡ ਤੇ ਨਹੀਂ ਨਾ ਕਿੰਨਾ ਅਸਲੀਅਤ ਦੇਖੋ ਨਾ ਜਾ ਕੇ ਰੋਜ਼ ਨੇ ਖਵਾਰਾਂ ਦੇ ਵਿੱਚ ਆ ਰਹੇ ਆ ਵੀ ਅਜੇ ਵੀ ਨਸ਼ਾ ਕਰਾ ਕੇ ਕੋਈ ਕਿਤੇ ਗੱਡਾਤ ਹੋਈ ਕੋਈ ਕਿਤੇ ਕੋਈ ਨਹੀਂ ਅੱਛਾ ਇਨਾ ਚੋਣਾਂ ਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਰੱਖ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਰ ਮੇਨ ਜਿਹੜਾ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਜਿੱਥੇ ਵੀ ਤੁਸੀਂ ਅਜੇ ਵੀ ਜਾ ਕੇ ਜੇਸ ਅਧਾਰ ਤੇ ਜਿੱਤੇ ਸੀ ਨਸ਼ੇ ਦੀ ਗੱਲ ਨਾਲੇ ਜਿੱਤੇ ਸੀ ਮੇਨ ਮੁੱਦਾ ਅਜੇ ਵੀ ਉਹੀ ਆ ਜੀ ਪਬਲਿਕ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਇਹ ਜ਼ਰੂਰੀ ਨਹੀਂ ਬਾਰਡਰ ਏਰੀਆ ਚ ਜਾਣ ਦੀ ਲੋੜ ਪਿੰਡ ਦੇ ਵਿੱਚ ਹਰ ਜਿੱਥੇ ਬਾਹਰ ਸ਼ਹਿਰ আর ਗਲੀ ਦੇ ਵਿੱਚ ਜਾ ਕੇ ਦੇਖ ਲਓ ਵੀ ਅੱਜ ਵੀ ਕੀ ਮੁੱਦਾ ਆ ਨਸ਼ੇ ਦਾ ਹੀ ਆ ਚ ਲੋਕਾਂ ਦਾ ਬਹੁਤ ਬਤਨਵਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਪ੍ਰਜਿੰਦਰ ਸਿੰਘ ਜੀ ਅੱਛਾ ਕੀ ਲੱਗ ਰਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਅਜੇ ਵੀ ਪੰਜਾਬ ਦੇ ਕਿਹੜੇ ਮੁੱਦੇ ਅਣਸੁਲਝੇ ਨੇ ਸਰ ਸਭ ਤੋਂ ਵੱਡਾ ਮੁੱਦਾ ਜਿਹੜਾ ਪਿੰਡਾਂ ਦੇ ਵਿੱਚ ਹੈ ਨਾ ਜੀ ਉਹ ਹੈ ਕਿ ਜਿਹੜੇ ਆਪਣੇ ਬੀਪੀਐਲ ਪਰਿਵਾਰ ਆ ਜੀ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਦਾਣੇ ਨਹੀਂ ਮਿਲਦੇ ਪਏ ਜੀ ਤੇ ਜਿਹੜੇ ਰੱਜੇ ਪੂਜੇ ਘਰਵਾ ਉਹਨਾਂ ਦੇ ਘਰ ਭਰਦੇ ਜਾ ਰਹੇ ਆ ਜੀ ਠੀਕ ਹੈ ਨਾ ਜੀ ਤੇ ਅਸੀਂ ਤਾਂ ਸਭ ਤੋਂ ਪਹਿਲਾਂ ਇਹ ਚਾਹਾਂਗੇ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਉਹ ਦਾਣੇ ਕਿਉਂ ਨਹੀਂ ਮਿਲ ਰਹੇ ਉੱਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ अच्छा ਹੋਰ ਕੀ ਲੱਗ ਰਿਹਾ ਕਿ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਸੀ ਪਰ ਰਾਜਨੀਤਿਕ ਪਾਰਟੀਆਂ ਗੱਲ ਨਹੀਂ ਕਰ ਰਹੀਆਂ ਮੁੱਦੇ ਸਾਰੋਂ ਬਹੁਤ ਤੇ ਮੈਂ ਤਾਂ ਇੱਕ ਤਾਂ ਨਸ਼ੇ ਦਾ ਹੋ ਗਿਆ ਜੀ ਤੁਹਾਨੂੰ ਲੱਗ ਰਿਹਾ ਕਿ ਰਾਜਨੀਤਿਕ ਪਾਰਟੀਆਂ ਇਹਨਾਂ ਚੋਣਾਂ ਦੇ ਵਿੱਚ ਮੁੱਦੇ ਉਠਾ ਰਹੀਆਂ ਕਿ ਇੱਕ ਦੂਜੇ ਦੇ ਉੱਤੇ ਇਲਜ਼ਾਮ ਸਰਾਸ਼ੀਆਂ ਲੱਗ ਰਹੀਆਂ ਸਿਰਫ ਤੋਂ ਸਿਰਫ ਬੱਸ ਇਲਜ਼ਾਮ ਹੀ ਲਾ ਰਹੇ ਆ ਜੀ ਲਗਤ ਨਹੀਂ ਰਿਹਾ ਜੀ ਕੁਝ ਵੀ ਤੇ ਅੱਛਾ ਇੱਕ ਵੋਟਰ ਹੋਣ ਦੇ ਨਾਤੇ ਤੁਸੀਂ ਜਦੋਂ ਵੋਟ ਦੇਣ ਜਾਓਗੇ ਤਾਂ ਦਿਮਾਗ ਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਵੋਟ ਦੋਗੇ ਸਰ ਸਭ ਤੋਂ ਪਹਿਲਾਂ ਤੇ ਇਹ ਆ ਕਿ ਜਿਹੜਾ ਭ੍ਰਿਸ਼ਟਾਚਾਰ ਆ ਉਹ ਖਤਮ ਹੋਣਾ ਚਾਹੀਦਾ ਅਸੀਂ ਬਸ ਮੇਨ ਇਹੀ ਹੈ ਜੀ ਜੀ ਬਹੁਤ ਬਤਨਵਾ ਸਤਿ ਸ਼੍ਰੀ ਅਕਾਲ ਜੀ ਜੀ ਨਾਮ ਹੈ ਜੀ ਮਨਿੰਦਰ ਸਿੰਘ ਹੈ ਜੀ ਅੱਛਾ ਮਨਿੰਦਰ ਲੋਕ ਸਭਾ ਚੋਣਾਂ ਹੁਣ ਆ ਗਈਆਂ ਨੇ ਤੁਸੀਂ ਨੌਜਵਾਨੋਂ ਕਿਹੜੇ ਕਿਹੜੇ ਮੁੱਦੇ ਲੈ ਕੇ ਲੋਕਸਵਾ ਚੋਣਾਂ ਦੇ ਵਿੱਚ ਜਿਹੜੇ ਸਿਆਸੀ ਆਗੂ ਤੁਹਾਡੇ ਘਰਾਂ ਦੇ ਵਿੱਚ ਵੋਟ ਮੰਗਣ ਦੇ ਲਈ ਆਉਣਗੇ ਉਹਨਾਂ ਨੂੰ ਕਿਹੜੇ ਮੁੱਦਿਆਂ ਦੇ ਆਧਾਰ ਦੇ ਉੱਤੇ ਕਹੋਗੇ ਕਿ ਇਹ ਮੁੱਦੇ ਹੱਲ ਹੋਣੇ ਚਾਹੀਦੇ ਨੇ ਸਰ ਮੇਰਾ ਆਪਣਾ ਪਿੰਡ ਉੱਗੀ ਆ ਸਾਡੇ ਸਾਰੇ ਉੱਗੀ 10th ਤੱਕ ਸਕੂਲ ਆ ਸਰ ਸਾਡੇ ਘੱਟੋ ਘੱਟ 1970 ਦਾ ਸਕੂਲ ਬਣਿਆ ਹੋਇਆ ਸਰ ਹੱਲੇ ਤੱਕ ਉੱਥੇ ਪਲੱਸ 2 ਕਲਾਸ ਨਹੀਂ ਹੋਈ ਸਾਡੇ ਪਿੰਡ ਦੇ ਭੈਣ ਭਰਾ ਨਾਲ ਦੇ ਸਕੂਲਾਂ 'ਚ ਪੜ੍ਹਨੇ ਜਾਂਦੇ ਆ ਤੋ ਸਭ ਤੋਂ ਪਹਿਲਾਂ ਸਕੂਲ ਸਾਡੇ ਪਿੰਡ ਬਣਿਆ ਸਿਰਫ ਪਿੰਡ ਦੀ ਪੰਚਾਇਤ ਨਕਮੀ ਹੋਣ ਕਰਕੇ ਸਾਡੇ ਪਿੰਡ ਦਾ ਸਕੂਲ ਪਲੱਸ 2 ਤੱਕ ਨਹੀਂ ਹੋ ਸਕਿਆ ਸਾਡੇ ਸਰਾਂ ਨੇ ਮੈਡਮਾਂ ਨੇ ਬਹੁਤ ਕੋਸ਼ਿਸ਼ ਕੀਤੀ ਆ ਪਰ ਪਿੰਡ ਵਾਲਿਆਂ ਨੇ ਸਾਥ ਨਹੀਂ ਦਿੱਤਾ ਪੰਚਾਇਤ ਨੇ ਨਹੀਂ ਸਾਥ ਦਿੱਤਾ ਅੱਛਾ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਸਮਾਰਟ ਸਕੂਲ ਬਣਾਉਣ ਦੀ ਗੱਲ ਹੋ ਰਹੀ ਹੈ ਹੋਰ ਕਿਹੜੇ-ਕਿਹੜੇ ਮੁੱਦੇ ਪੰਜਾਬ ਦੇ ਵਿੱਚ ਤੁਹਾਡੇ ਮੁਤਾਬਿਕ ਅਣਸੁਲਝੇ ਨੇ ਜਿਨ੍ਹਾਂ ਦੇ ਉੱਤੇ ਗੱਲ ਹੋਣੀ ਚਾਹੀਦੀ ਸੀ ਪਰ ਕੀਤੀ ਨਹੀਂ ਗਈ ਸਰ ਮੇਨ ਮੁੱਦਾ ਮੇਰਾ ਤੇ ਇਹ ਆ ਮੇਰੀ 12ਵੀਂ ਦੀ ਕਲਾਸ ਚੱਲ ਰਹੀ ਆ ਮੈਂ ਵੀ ਆਪਣਾ ਪਿੰਡ ਛੱਡ ਕੇ ਆਪਦਾ ਪਿੰਡ ਛੱਡ ਕੇ ਦੂਜੇ ਪਿੰਨ ਪੜਨ ਜਾਣਾ ਪੈਂਦਾ ਕਿਉਂਕਿ ਸਾਡਾ ਸਕੂਲ ਹੀ 10ਵੀਂ ਤੱਕ 10ਵੀਂ ਤੱਕ ਆ ਉਹ ਵੀ ਉੱਥੇ ਦੂਜੇ ਸਕੂਲ ਵੀ ਜਾਣਾ ਪੈਂਦਾ ਐਸੇ ਕਰਕੇ ਜੀ ਬਹੁਤ ਬਹੁਤ ਧੰਨਵਾਦ ਬੜੇ ਵਿਚਾਰ ਲੋਕਾਂ ਦੇ ਸਾਹਮਣੇ ਆਏ ਪਰ ਇਨ੍ਹਾਂ ਵਿਚਾਰਾਂ ਦੇ ਵਿੱਚ ਜੇਕਰ ਇੱਕ ਵਿਚਾਰ ਦੇਖਿਆ ਜਾਵੇ ਤਾਂ ਉਹ ਵਿਚਾਰ ਹੈ ਕਿ ਲੋਕ ਮੁੱਦੇ ਗਾਇਬ ਨੇ ਸੋ ਅੱਜ ਦੇ ਪੰਜਾਬ ਬੋਲਤਾ ਦੇ ਵਿੱਚ ਬਸ ਇੰਨਾ ਹੀ ਮੈਨੂੰ ਅਮਨਦੀਪ ਸਿੰਘ ਦੋਦੇਵ ਜੀ ਆ ਗਿਆ ਧੰਨਵਾਦ